ਲੋਕ ਸਭਾ ਚੋਣਾਂ ਦੇ ਲਈ ਹਰ ਇੱਕ ਉਮੀਦਵਾਰ ਚੋਣ ਪ੍ਰਚਾਰ ਦੇ ਵਿੱਚ ਡਟਿਆ ਹੋਇਆ ਤਾਂ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਜਿੱਥੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਜੋ ਨੇ ਉਹ ਲੋਕ ਸਭਾ ਦੇ ਉਮੀਦਵਾਰ ਨੇ ਕਾਂਗਰਸ ਪਾਰਟੀ ਵੱਲੋਂ ਸੁਖਜਿੰਦਰ ਰੰਧਾਵਾ ਸੁਖੀ ਰੰਧਾਵਾ ਦੇ ਨਾਮ ਦੇ ਨਾਲ ਲੋਕ ਜਾਣਦੇ ਨੇ ਤਾਂ ਸਰ ਕਿਸ ਤਰੀਕੇ ਦਾ ਚੋਣ ਪ੍ਰਚਾਰ ਹੋ ਰਿਹਾ ਹੈ ਔਰ ਕੀ ਨਰਿੰਦਰ ਮੋਦੀ ਦੀ ਜਿਹੜੀ ਰੈਲੀ ਸੀ ਗੁਰਦਾਸਪੁਰ ਦੀ ਉਹਦੇ ਨਾਲ ਕਾਂਗਰਸ ਦੇ ਉੱਤੇ ਕੋਈ ਅਸਰ ਪਏਗਾ ਖਾਸ ਅਸਰ ਪਏਗਾ ਪੰਜਾਬ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਖਾਸ ਕਰਕੇ ਲੋਕਾਂ ਦੇ ਦੇ ਕੇ ਬੀਜਪੀ ਬੀਜਪੀ ਉਸ ਟਾਈਮ ਇਤੋਂ ਦੇ ਐਮਪੀ ਜਿੱਦਦਾ ਜਦੋਂ ਸੈਲੀਬ੍ਰਿਟੀ ਲੈ ਕੇ ਹੁੰਦੇ ਨੇ ਤੇ ਉਥੋਂ ਦੇ ਜੋ ਲੋਕਲ ਲੀਡਰ ਨੇ ਜੋ ਆਪਣੇ ਨੇ ਉਹਨਾਂ ਨੂੰ ਲੋਕ ਜੁਟਾ ਕੇ ਭੇਜਦੇ ਨੇ ਪ੍ਰਾਈਮ ਮਿੰਟਰ ਸਾਹਿਬ ਦਾ ਕੋਈ ਅਸਰ ਨਹੀਂ ਪੂਰੇ ਪੰਜਾਬ ਚੋਂ ਅਮਰਸਰ ਤੋਂ ਵੀ ਆਏ ਹੁਸ਼ਿਆਰਪੁਰ ਤੋਂ ਵੀ ਆਏ ਜੀਐਨਕੇ ਤੋਂ ਵੀ ਆਏ ਔਰ ਹਿਮਾਚਲ ਪ੍ਰਦੇਸ਼ ਤੋਂ ਵੀ ਆਏ ਤੇ ਇਹਦੀ ਰੈਲੀ ਦਾ ਕੋਈ ਅਸਰ ਨਹੀਂ ਪਰ ਹਾਂ ਇੱਕ ਜ਼ਰੂਰ ਚੀਜ਼ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤਿੰਨ ਵਾਰ ਹੀ ਆ ਗਏ ਨੇ ਇੱਕ ਵਾਰੀ ਗੁਰਦਾਸਪੁਰ ਜਾਂ ਪੰਜਾਬ ਦੀ ਡਵੈਲਪਮੈਂਟ ਜਾਂ ਪੈਕੇਜ ਬਾਰੇ ਕਦੀ ਨਹੀਂ ਗੱਲ ਕੀਤੀ ਅਸੀਂ ਕਮਿਟ ਨਹੀਂ ਕਰਦੇ ਪਰ ਆਪਣਾ ਵਿਜ਼ਨ ਤੇ ਦੇ ਸਕਦੇ ਆ ਕਿ ਅਗਰ ਸਾਡੀ ਗਵਰਨਮੈਂਟ ਆਈ ਕਿ ਅਸੀਂ ਆ ਕਰਾਂਗੇ ਇਹ ਇਹਦੇ ਇਹਦੇ ਚ ਕਮਿਟਮੈਂਟ ਨਹੀਂ ਇਹ ਵਿਜ਼ਨ ਹੈ ਮੈਂ ਇੱਕ ਹੋਰ ਸਵਾਲ ਇਹਦੇ ਨਾਲ ਜੋੜ ਦਿਆਂ ਉਹਨਾਂ ਨੇ ਵਿਨੋਦ ਖੰਨਾ ਦਾ ਜ਼ਿਕਰ ਕੀਤਾ ਪਰ ਸਨੀ ਦਿਉਲ ਦਾ ਜ਼ਿਕਰ ਨਹੀਂ ਕੀਤਾ ਆਪਣੇ ਭਾਸ਼ਣ ਦੇ ਵਿੱਚ ਇਹ ਤਾਂ ਫਿਰ ਉਹ ਹੀ ਦੱਸ ਸਕਦੇ ਸਨੀ ਦਿਉਲ ਜਿਹੜਾ ਇਹਨਾਂ ਨੇ ਆਪ ਭੇਜਿਆ ਔਰ ਉਦੋਂ ਇਹਨਾਂ ਦੀ ਕੋਈ ਡੀਲ ਹੋਈ ਸੀ ਤੇ ਉਹ ਡੀਲ ਉਹਨੂੰ ਐਮਪੀ ਬਣ ਤੱਕ ਉਹਨੇ ਡੀਲ ਕੀਤੀ ਕਿ ਬਾਅਦ ਮੈਂ ਨਹੀਂ ਜਾਵਾਂਗਾ ਤੋਂ ਉਹਨਾਂ ਦੀ ਡੀਲ ਕਾਮਯਾਬ ਹੋ ਗਈ ਤੋਂ ਉਹਦੇ ਬਾਅਦ ਦੇਖੋ ਜਿਹੜੇ ਬੰਦੇ ਆਏ ਨਹੀਂ ਗਨੂਰ ਖੰਨਾ ਜੀ ਦਾ ਕੀਤਾ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਪੁਲ ਬਣਿਆ ਤੁਸੀਂ ਦੇਖੇ ਜ ਉਹਦਾ ਵੀ ਨਾਮ ਸੁਖਜਿੰਦਰ ਸਿੰਘ ਰੰਧਾਵੇ ਦਾ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਕਿ ਪੁਲ ਬਣਾਏ ਨੇ ਫਿਰ ਮਿਸਪਿੰਟਰ ਦਾ ਵੀ ਲੈਣਾ ਚਾਹੀਦਾ ਸੀ ਕਿ ਉਹਨੇ ਵੀ ਪੁਲ ਬਣਾਏ ਨੇ ਫਿਰ ਇਹ ਵੀ ਕਹਿਣਾ ਚਾਹੀਦਾ ਸੀ ਕਿ ਮਕੌੜਾ ਪੱਤਨ ਜਿਹੜਾ ਉੱਥੇ ਗਵਰਨਮੈਂਟ ਆਫ ਇੰਡੀਆ ਕਿਉਂ ਨਹੀਂ ਦੇ ਰਹੀ ਪਰਮਿਸ਼ਨ ਕਿਉਂ ਰੋਕ ਕੇ ਖੜੀ ਹੈ ਜਿਹੜਾ অরਉਨਾ ਚੌਧਰੀ ਨੇ ਪੈਸੀ ਉਹਦੇ ਸਾਰੇ ਮਨਜ਼ੂਰ ਕਰਵਾਲੇ ਕਿਉਂ ਨਹੀਂ ਅਜੇ ਤੱਕ ਪਰਮਿਸ਼ਨ ਆ ਰਹੀ ਇਹ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਨਾ ਔਰ ਇਹ ਨਾਲ ਬੋਲਣਾ ਚਾਹੀਦਾ ਸੀ ਕਿ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਆਪ ਪੈਕੇਜ ਦਵਾਂਗੇ ਮੈਂ ਅੱਜ ਵੀ ਡਿਮਾਂਡ ਕਰਦਾ ਕਿ ਜੇ ਹਿੰਦੁਸਤਾਨ ਦਾ ਪੰਜਾਬ ਦਾ ਬਾਰਡਰ ਬਚਾਉਣਾ ਜੇ ਡਰੋਨਾਂ ਤੋਂ ਬਚਾਉਣਾ ਸਮੈਗਲਿੰਗ ਤੋਂ ਬਚਾਉਣਾ ਜਿੰਦੀ ਬਾਰਡਰ ਬੈਲੇਟ ਹੈ 35 ਕਿਲੋਮੀਟਰ ਦਾ radius ਰੱਖ ਕੇ ਜੋ ਹਿਲ ਸਟਰੀਟਸ ਨੇ ਉਹਨਾਂ ਵਾਲੀਆਂ ਸਹੂਲਤਾਂ ਦੇ ਦੋ ਲੋ ਪੰਜਾਬ ਦਾ ਇੱਕ ਬੱਚਾ ਬਾਹਰ ਨਹੀਂ ਜਾਏਗਾ ਇਹ ਜਿਸ ਸਾਡੀ ਗਵਰਨਮੈਂਟ ਆਏਗੀ ਸਭ ਤੋਂ ਪਹਿਲਾਂ ਇਹ ਕਰਾਂਗੇ ਕਿੰਨਾ ਸਾਰਾ 2.5 300 ਕਿਲੋਮੀਟਰ ਬਣਦਾ ਤੇ 2.5 300 ਕਿਲੋਮੀਟਰ ਦੇ ਵਿੱਚ ਰੋਡ ਜੂ ਬਣ ਗਈਆਂ ਉਹਨਾਂ ਦੇ ਨਾਲ ਫੈਕਟਰੀ ਹੋਣ ਬੱਚੇ ਕੰਮ ਕਰਨ ਤੇ ਦੁਬਈ ਜਾਂਦੀ ਸਾਨੂੰ ਜ਼ਰੂਰਤ ਨਹੀਂ ਠੀ ਦੁਬਈ ਹੈ ਸਾਡੇ ਜੇਤੇ ਤੁਸੀਂ ਉਮੀਦਵਾਰ ਹੋ ਉੱਥੇ ਪੰਜਾਬ ਦੇ ਡਿਪਟੀ ਸੀਐਮ ਵੀ ਰਹਿ ਚੁੱਕੇ ਹੋ ਬੀਜੇਪੀ ਦੇ ਵੱਡੇ ਲੀਡਰ ਲਗਾਤਾਰ ਪੰਜਾਬ ਚ ਚੋਣ ਪ੍ਰਚਾਰ ਕਰਲੇ ਜਿੱਥੇ ਮੋਦੀ ਨੇ ਜ਼ਿਕਰ ਕੀਤਾ ਕਿ ਮੇਰੀ ਦੋਸਤੀ ਸੀ ਬਨੋਦ ਖੰਨਾ ਦੇ ਨਾਲ ਤਾਂ ਕੱਲ ਅਮਿਤ ਸ਼ਾਹ ਜ਼ਿਕਰ ਕਰਦੇ ਨੇ ਕਿ ਮੇਰੀ ਰਵਨੀਤ ਬਿੱਟੂ ਨਾਲ 5 ਸਾਲ ਤੋਂ ਪੁਰਾਣੀ ਦੋਸਤੀ ਹੈ ਤਾਂ ਬਤਲ ਰਵਨੀਤ ਬਿੱਟੂ ਪੇਡੇ ਦਿਨ ਤੋਂ ਹੀ ਆਪਣੀ ਪਾਰਟੀ ਦੇ ਨਾਲ ਵਿਸ਼ਵਾਸ ਘਾਤ ਕਰ ਰਿਹਾ ਸੀ ਔਰ ਮੌਕੇ ਦੀ ਤਲਾਸ਼ ਤੇ ਮੌਕਾ ਪ੍ਰਸਤਾਵ ਦਾ ਫਿਰ ਕੀ-ਕਿਆ ਜਾ ਸਕਦਾ ਔਰ ਮੌਕਾ ਪ੍ਰਸਤੀ ਦਾ ਸਬੂਤ ਅਮਿਤ ਸ਼ਾਹ ਜੀ ਦੇਗੇ ਨੇ ਮੋਰ ਬਿੱਟੂ ਦੇ ਕੋਲ ਕੋਈ ਜਵਾਬ ਨਹੀਂ ਕਿ ਆਪਣੀ ਪਾਰਟੀ ਜਿਹੜਾ ਕਿ ਆਪਣੀ ਪਾਰਟੀ ਨੂੰ ਧੋਖਾ ਦੇਣਾ ਬੇਈਮਾਨੀ ਕਰਨੀ ਵਿਸ਼ਵਾਸਘਾਤ ਕਰਨਾ ਮਾਂ ਪਾਰਟੀ ਕਹਣੀ ਆਪਣੀ ਮਾਂ ਨੂੰ ਧੋਖਾ ਦੇਣਾ ਉਹ ਮੋਰ ਲਾ ਗਿਆ ਕਿ ਧੋਖੇਬਾਜ਼ ਸੀ ਕਿਉਂਕਿ 5 ਸਾਲ ਤਾਂ ਐਮਪੀ ਦਾ ਕਾਰਜਕਾਲ ਹੁੰਦਾ ਉਹ ਕਹਿੰਦੇ 5 ਸਾਲ ਪੁਰਾਣੀ ਦੋਸਤੀ ਇਹ ਤਾਂ ਬਲ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਮੈਂ ਇਹੀ ਕਿਹਾ ਮੈਂ ਤੇ ਇਹੀ ਕਹਿ ਰਿਹਾ ਕਿ ਉਹ ਮੋਰ ਲਾ ਗਿਆ ਕਿ ਇਹ ਕਾਂਗਰਸ ਦੇ ਨਾਲ ਬੇਈਮਾਨੀ ਖਰਦਾ ਰਿਹਾ ਸੁਖਵੀਰ ਬਾਦਲ ਵੱਲੋਂ ਵੀ ਕੱਲ ਗੁਰਦਾਸਪੁਰ ਦੇ ਵਿੱਚ ਰੈਲੀ ਕੀਤੀ ਗਈ ਆ ਅਕਾਲੀ ਦਲ ਕੋਈ ਚੁਣੌਤੀ ਹੈ ਤੁਹਾਡੇ ਲਈ ਕੋਈ ਅਕਾਲੀ ਦਲ ਹੋਣ ਆਖਰੀ ਸਮਾਂ ਤੇ ਆ ਜਿੰਨੀ ਮਰਜੀ ਆ ਆਕਸੀਜਨ ਲਈ ਪਰ ਮੈਂ ਚਾਹੁੰਨਾ ਕਿ ਅਕਾਲੀ ਦਲ ਪੰਜਾਬ ਚ ਮਜ਼ਬੂਤ ਹੋਣਾ ਚਾਹੀਦਾ ਪੰਜਾਬ ਪੰਜਾਬੀਅਤ ਦੀ ਗੱਲ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਆ ਉਹਦੇ ਦੇ ਸਾਨੂੰ ਉਹਨਾਂ ਦੇ ਨਾਲ ਅਕਾਲੀ ਦਲ ਜੇ ਕਮਜ਼ੋਰ ਹੁੰਦਾ ਤੇ ਨੁਕਸਾਨ ਹੋਏਗਾ ਬੀਜੇਪੀ ਦੇ ਉੱਤੇ ਇਲਜ਼ਾਮ ਲੱਗਦਾ ਕਿ ਧਰਮ ਦੀ ਰਾਜਨੀਤੀ ਕਰਦੀ ਹੈ ਤੁਹਾਨੂੰ ਲੱਗਦਾ ਕਿ ਰਾਮ ਮੰਦਰ ਵਾਲਾ ਜਿਹੜਾ ਇਸ਼ੂ ਹੈ ਉਹਦੇ ਨਾਲ ਕੋਈ ਵੋਟ ਦੇ ਉੱਤੇ ਫਰਕ ਪਿਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਰਾਮ ਕੀ ਗੱਲ ਸਾਡੇ ਨਹੀਂ ਇੰਨਾ ਕੱਲਿਆਂ ਦੇ ਨੇ ਰਾਮਚੰਦਰ ਜੀ ਮਹਾਰਾਜ ਦਾ ਇਹ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣ ਚੋਪਈ ਸਾਹਿਬ ਦਾ ਪਾਠ ਪ੍ਰਧਾਨ ਮੰਤਰੀ ਸਾਹਿਬ ਨੂੰ ਆਪ ਪਰਮਾਤਮਾ ਨੇ ਬਖਸ਼ਿਸ਼ ਕੀਤੀ ਚੋਪਈ ਸਾਹਿਬ ਦਾ ਪਾਠ ਹਿੰਦੀ ਚ ਇਹਨਾਂ ਨੂੰ ਗੁਟਕਾ ਉਹ ਦੇਖਾਵਾਂਗਾ ਜੋ ਪੈਸਾ ਉਹਦੇ ਨਾਲ ਉਹਦੀ ਵਿਆਖਿਆ ਦੇ ਕੇ ਆਵਾਂਗਾ ਤੇ ਜੇ ਕਿਤੇ ਉਹਨੂੰ ਪੜ ਲੈਣ ਤੇ ਫਿਰ ਸਭ ਕੁਝ ਹੀ ਠੀਕ ਹੋ ਜਾ ਕਿ ਕਿੰਨੀ ਉਪਮਾ ਕੀਤੀ ਹੈ ਸ਼ਿਵ ਜੀ ਮਹਾਰਾਜ ਜੀ ਸਾਰਿਆਂ ਦੀ ਉਪਮਾ ਕੀਤੀ ਹੈ ਤੇ ਇਹ ਕਿਉਂ ਬੰਡੀਆਂ ਪਾ ਰਹੇ ਨੇ ਗੁਰਨਾਨਕ ਸਾਹਿਬ ਨੇ ਕਿੰਨੀ ਵਾਰ ਭਗਵਾਨ ਰਾਮ ਦਾ ਲਿਖਿਆ ਗੁਰੂ ਗ੍ਰੰਥ ਸਾਹਿਬ ਚ ਖੁਦ ਰਾਮ ਅੱਜ ਅੱਜ ਵੀ ਅਸੀਂ ਕਹਿੰਦੇ ਹਾਂ ਕਿ ਸਿੱਧ ਘਰੀ ਸੁਣਿਆ ਕਿ ਕੱਲੀ ਇੱਕ ਦੀ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਪ੍ਰਧਾਨ ਮੰਤਰੀ ਸਾਹਿਬ ਸਾਰੇ ਨੇ ਅਰਦਾਸ ਕਰੋ ਤੁਸੀਂ ਪ੍ਰਾਈਮ ਮਿਨਿਸਟਰੀਓ ਤੁਸੀਂ ਜਦੋਂ ਕਸਮ ਖਾਂਦੇ ਹੋ ਐਮਪੀ ਦਾ ਵੀ ਅਸੀਂ ਜਦੋਂ ਪੇਪਰ ਭਰ ਜੰਨੇ ਆ ਉਹਨੂੰ ਪੜ੍ਹਦੇ ਆ ਕਿ ਪਰਮਾਤਮਾ ਦੀ ਸੌਂ ਖਾ ਕੇ ਮੈਂ ਕਹਿਣਾ ਕਿ ਮੈਂ ਧਰਮ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਾਂਗਾ ਤੁਸੀਂ ਇੱਕ ਸਿੱਕ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਪਰ ਜੇ ਮੈਂ ਗੁਰਦਾਸਪੁਰ ਹਲਕੇ ਦੀ ਗੱਲ ਕਰਾਂ ਤਾਂ ਇੱਥੇ Hindu ਵੋਟਰ ਵੀ ਬਹੁਤ ਜ਼ਿਆਦਾ ਔਰ ਇਸਾਈ ਭਾਈਚਾਰੇ ਦੇ ਨਾਲ ਵੀ ਜੁੜਿਆ ਜਿਹੜਾ ਵੋਟਰ ਹੈ ਬਹੁਤ ਜ਼ਿਆਦਾ ਤਾਂ ਉਹਨਾਂ ਸਾਰਿਆਂ ਦੇ ਵਿੱਚ ਜਾ ਰਹੇ ਹੋ ਕੀ ਬੁੱਦੇ ਨੇ ਔਰ ਉਹਨਾਂ ਵੱਲੋਂ ਕੀ ਹੰਗਾਰਾ ਮਿਲ ਰਿਹਾ ਵੇਖੋ ਇਹ ਟੈਰਰਿਜ਼ਮ ਦੇ ਟਾਈਮ 'ਚ ਮੈਂ ਭਾਜਪੀ ਵਾਲੇ ਨੂੰ ਪੁੱਛਣਾ ਚਾਹੁੰਨਾ ਇਹ ਜਿਹੜਾ ਪੰਜਾਬ ਦਾ ਭਾਜਪੀ ਦਾ ਪ੍ਰਧਾਨ ਇਹਦੇ ਕੋਲ ਹੀ ਇੱਕ ਸਵਾਲ ਪੁੱਛ ਲੈਣਾ ਕਿ ਜਦੋਂ ਟੈਰਰਿਜ਼ਮ ਦੇ ਟਾਈਮ 'ਚ ਤੁਹਾਡੇ ਪਿਤਾ ਜੀ ਸ਼੍ਰੀਮਾਨ ਜੀ ਪੰਜਾਬ ਛੱਡ ਕੇ ਦੌੜ ਗਏ ਸੀ ਤੇ ਮੇਰੇ ਫਾਦਰ ਆਖਰੀ ਦਮ ਤੱਕ ਮੇਰੇ ਨਾਲ ਦੇ ਪਿੰਡ 'ਚ ਨੌ ਬੰਦੇ ਮਾਰ ਦਿੱਤੇ ਸੀ ਤੇ ਇੱਥੇ ਉਹ ਪਿੰਡ ਵੀ ਨਹੀਂ ਸੀ ਤੇ ਉੱਥੇ ਚੰਡੀਗੜ੍ਹ ਸੀ ਤੇ ਸਵੇਰੇ 8 ਵਜੇ ਤੱਕ ਪਿੰਡ ਪਹੁੰਚ ਗਏ ਸੀ ਉਹਨਾਂ ਦੇ ਕੋਟਲੀ ਸੂਰਤਮੱਲੀ ਮਾਰ ਕੇ ਗਏ ਪਟੇਗੜ ਚੂੜੀਆਂ ਵੱਖ-ਵੱਖ ਥਾਵਾਂ ਤੇ ਜਿਹੜੇ ਹਿੰਦੂ ਸੀ ਜਦੋਂ ਉਹਨਾਂ ਦੇ ਉਸ ਵੇਲੇ ਉਹਨਾਂ ਨੇ ਟੈਰਰਿਸਟਾਂ ਨੇ ਮਾਰੇ ਤੇ ਉੱਥੇ ਆ ਪਹੁੰਚੇ ਤੇ ਭਾਜਪਾ ਵਾਲਾ ਦਾ ਜਿਹੜਾ ਪ੍ਰਧਾਨ ਆ ਇਹਨਾਂ ਦੇ ਤੇ ਪਿਤਾ ਜੀ ਪੰਜਾਬ ਛੱਡ ਕੇ ਇੱਕ ਵਾਰੀ ਨਹੀਂ ਆਏ ਜਿਹੜੇ ਕਹਿੰਦੇ ਕਿ ਮੈਂ Hindu ਕਰਕੇ ਨੇ ਬਣਿਆ ਹਿੰਦੂਆਂ ਦੀ ਪ੍ਰੋਟੈਕਸ਼ਨ ਆ ਮੇਰੇ ਨਾਲ ਦੇ ਘਰ ਪਿਛੇ ਹਿੰਦੂ ਸੀ ਚਲੋ ਹੁਣ ਚਲੇ ਗਏ ਨੇ ਜੋ ਕਿ ਬੱਚੇ ਬਾਹਰਪੂਰ ਸਾਰੇ ਚਲੇ ਗਏ ਤੇ ਇਹਨਾਂ ਦੇ ਨਾਲ ਸਾਡੇ ਨਾਲੋਂ ਵੱਧ ਬੀਐਸਐਫ ਵਾਲੇ ਇਹਨਾਂ ਦੀ ਸਕਿਉਰਿਟੀ ਕਰਦੇ ਸੀ ਤੇ ਇਹ ਜਿਹੜੀ ਚੀਜ਼ਾਂ ਨੇ ਕਿਹਾ ਮੇਰਾ ਨਹੀਂ ਖੜ ਕੇ ਪੰਜਾਬ ਦੇ ਵਿੱਚ Hindu Sikh ਭਾਈ ਚਾਰਕ ਦੀ ਕੋਈ ਸਾਂਝ ਏਤਤ ਜਿਹੜੇ ਪੈ ਸਕਦੀ ਆ ਪਹਿਲਾਂ ਵੀ ਇਕੱਠੇ ਜੀ ਅੱਜ ਵੀ ਇਕੱਠੇ ਨਹੀਂ ਅਸਾਈ ਇਕੱਠੇ ਆ ਅਸੀਂ ਹਰ ਧਰਮ ਅਸੀਂ ਐਸੀ ਇਕੱਠੇ ਆ ਪੰਜਾਬ ਚ ਤੇ ਦਿੱਤਾ ਹੀ ਸਰਬ ਸੰਜੀ ਵਾਲਤਾ ਦਾ ਮੈਨੂੰ ਬੜੀ ਕਈ ਵਾਰ ਮੈਂ ਜਾਨਣਾ ਪੰਡਤ ਜਿਹੜੇ ਗੁਰਗਰਨ ਸਾਹਿਬ ਨੇ ਲਿਆ ਕੇ ਮੇਰਾ ਚੇਅਰਮੈਨ ਹੈ ਗੋਗੀ ਔਰ ਬੜੇ-ਬੜੇ ਆਰਐਸਐਸ ਦੇ ਪਰਿਵਾਰ ਚੋਂ ਤੇ ਸਹੁਰੇ ਨੇ ਉਹ ਸਾਡੇ ਤੇ ਘਰ ਉਹਨਾਂ ਦੇ ਗੁਰਗਰਨ ਸਾਹਿਬ ਦੇ ਉਹਨਾਂ ਦੇ بیٹے ਦਾ ਛੋਟੇ ਦੀ ਮੈਰਿਜ ਹੋਈ ਤੇ ਗੁਰਗਰਨ ਸਾਹਿਬ ਦੇ ਲਿਆ ਕੇ ਉੱਥੇ ਮੈਰਿਜ ਹੋਈ ਤੇ ਮੈਂ ਸੁਭਾਸਦਿਆਂ ਕਿਹਾ ਮੈਂ ਪੰਡਤ ਜੀ ਉਹ ਦੂਸਰਾ ਉਧਰ ਆਪਾਂ ਦੂਸਰੇ ਨਹੀਂ ਸੀ ਕਹਿੰਦਾ ਯਾਰ ਜੇ ਧਰਮ ਦੇ ਵਿੱਚ ਪੈ ਗਏ ਤੇ ਕੰ다 ਮੈਂ ਤੇ ਕੰ다 ਸ਼ਰਮ ਦੇ ਨਾਂ ਤੇ ਲੋਕੀ ਵੋਟਾਂ ਨਹੀਂ ਤੁਹਾਨੂੰ ਆਪਣੇ ਚੇਅਰਮੈਨ ਗੋਗੀ ਦੀ ਲੈ ਲਓ ਮੈਂ ਫੋਟੋਆਂ ਭੇਜ ਦੂੰ ਮੈਂ ਨਾਲ ਖੜਾ ਗੁਰੂਗ੍ਰੰਥ ਸਾਹਿਬ ਦੇ ਸਾਹਮਣੇ ਉਹਨੇ ਫੇਰੇ ਕਰਵਾਏ ਤੇ ਇਹਦੇ ਤੋਂ ਵੱਡ ਵੱਧ ਭਾਈਚਾਰਕ ਸੰਝ ਕੀ ਹੋ ਸਕਦੀ ਆ ਆਖਰੀ ਸਵਾਲ ਇੱਕ ਮੁੱਦੀ ਵੱਲੋਂ ਜ਼ਿਕਰ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਨੇ ਇੱਕੋ ਦੁਕਾਨ ਦੇ ਦੋ ਸ਼ਟਰ ਨੇ ਇਹ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਕਿਉਂਕਿ ਕਿਤੇ ਦੇਖ ਲਿਓ ਇੱਕ ਦੁਕਾਨ ਨਹੀਂ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਇੱਕ ਕੋ ਦੋ ਦੁਕਾਨਾਂ ਨੇ ਸ਼ਟਰ ਏਕਿਆ ਔਰ ਕਿਉਂ ਨਹੀਂ ਪ੍ਰਧਾਨ ਮੰਤਰੀ ਅੱਜ ਮੁੱਖ ਮੰਤਰੀ ਅੱਜ ਤੱਕ ਪ੍ਰਧਾਨ ਮੰਤਰੀ ਦੇ ਤੁਸੀਂ ਵੀ ਨੂੰ ਦੱਸ ਦੋ ਕਿਤੇ ਅਗੇਂਸਟ ਬੁੱਕ ਗੱਲ ਕੀਤੀ ਆ ਬੀਜੇਪੀ ਦੇ ਅਗੇਂਸਟ ਕਿਤੇ ਇਹਨੇ ਕਿਹਾ ਸਿਰਫ ਕਾਂਗਰਸ ਦੇ ਗਏ ਤੇ ਇਸ ਕਰਕੇ ਇਹ ਪੰਜਾਬ ਚ ਬੀ ਟੀਮ ਜਿਹੜੀ ਆ ਉਹਨਾਂ ਦੀ ਇਹ ਜਿਹੜੀ ਵੋਟ ਜਾਏਗੀ ਮੋਦੀ ਨੂੰ ਵੀ ਪਤਾ ਕਿ ਕਾਂਗਰਸ ਦੇ ਅਗੇਂਸਟ ਜਿਹੜੀ ਵੋਟ ਇਹ ਲੈ ਕੇ ਜਾਏਗੀ ਉਹ ਬੀਜੇਪੀ ਨੂੰ ਡਾਇਰੈਕਟ ਫਾਇਦਾ ਹੋਏਗਾ ਕਿਉਂਕਿ ਕੇਜਰੀਵਾਲ ਵੀ ਅੱਜਕੱਲ ਪੰਜਾਬ ਦੇ ਵਿੱਚ ਨੇ ਉਹਨਾਂ ਨੇ ਡੇਰਾ ਲਾ ਲਿਆ 29 ਤਰੀਕ ਤੱਕ ਉਹਨਾਂ ਪੰਜਾਬ 'ਚ ਹੀ ਪ੍ਰਚਾਰ ਕਰਨਾ ਤੇ ਉਹਨਾਂ ਦੇ ਨਾਲ ਪ੍ਰਚਾਰ ਨਾਲ ਤੁਹਾਨੂੰ ਕੋਈ ਅਸਰ ਪਿਆ ਪਹਿਲਾਂ ਕੀ ਪਿਆ ਲੋਕਾਂ ਨੇ ਬਦਲਾਅ ਦੇਖ ਲਿਆ ਲੋਕਾਂ ਨੇ ਚੇਂਜ ਵੇਖੀ ਟਾਈਆਂ ਸਾਲਾਂ ਦੇ ਵਿੱਚ ਯਾਰ ਮੈਨੂੰ ਇੱਕ ਚੀਜ਼ ਦੱਸ ਦੋ ਜਿਹੜੀ ਸਰਕਾਰ 72500 ਕਰੋੜ ਦਾ ਕਰਜ਼ਾ ਚੁੱਕਦੀ ਆ ਤੇ ਉਹ ਅੱਗੇ ਕੀ ਚੱਲੇਗੀ ਜਿਹੜਾ ਕਹਿੰਦੇ ਕੇਜਰੀਵਾਲ ਕਹਿੰਦਾ 54000 ਕਰੋੜ ਮੈਂ ਸ਼ਰਾਬ ਰੇਤੇ ਜੋ ਕੱਢੂੰਗਾ ਸ਼ਰਾਬ ਜੋ ਕੱਢੂਗਾ ਉਹ 54000 ਕਰੋੜ ਦੱਸੇ ਤੇ ਸੀ ਲੋਕਾਂ ਨੂੰ ਕਿ ਕਿੱਥੇ ਗਿਆ ਕੌਣ ਖਾ ਗਿਆ ਇਹ ਤੇ ਉਹਨਾਂ ਨੂੰ ਜਵਾਬ ਦੇਣਾ ਪਏਗਾ ਧੰਨਵਾਦ ਤਾਂ ਇਹਨੇ ਸੁਖਜਿੰਦਰ ਰੰਦਾਵਾ ਜਿਨ੍ਹਾਂ ਨੇ ਆਪਣੀ ਜਿੱਤ ਦਾ ਦਾਵਾ ਵੀ ਕੀਤਾ ਔਰ ਨਾਲ ਦੀ ਨਾਲ ਜੋ ਲੋਕਲ ਮੁੱਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਔਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੋ ਆਪਣੇ ਭਾਸ਼ਣ ਦੇ ਵਿੱਚ ਕਿਹਾ ਗਿਆ ਸੀ ਤਾਂ ਉਸ ਭਾਸ਼ਣ ਨੂੰ ਲੈ ਕੇ ਵੀ ਉਹਨਾਂ ਨੇ ਬੀਜੇਪੀ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਤਾਂ 4 ਜੂਨ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਗੁਰਦਾਸਪੁਰ ਦੇ ਲੋਕ ਨੇ ਉਹ ਕਿਸ ਨੂੰ ਚੁਣਦੇ ਨੇ ਔਰ ਕਿਸ ਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਦੇ ਨੇ ਇਹ ਤਾਂ ਚੋਣ ਨਤੀਜੇ ਦੱਸਣਗੇ ਪਰ ਸੁਖਜਿੰਦਰ ਰੰਧਾਵਾ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ ਨਿਊਜ਼ 18 ਗੁਰਦਾਸਪੁਰ